ਰਮੰਦਰ ਸਾਹਿਬ ਦੇ ਸਰੋਵਰ ਦੀ ਪਹਿਲੀ ਕਾਰ ਸੇਵਾ 1923 ਵਿੱਚ ਉਦੋਂ ਹੋਈ ਸੀ ਜਦੋਂ ਗੁਰਦੁਆਰਾ ਸੁਧਾਰ ਲੈਰ ਜ਼ੁਰਾਂ ਤੇ ਸੀ ਜਦੋਂ ਕਾਰ ਸੇਵਾ ਚੱਲ ਰਹੀ ਸੀ ਤਾਂ ਭਾਰ ਦੇ ਕਈ ਹਿੱਸਿਆਂ ਵਿੱਚੋਂ ਕਾਰ ਸੇਵਾ ਲਈ ਜਥੇ ਪਹੁੰਚੇ ਸਨ ਉਸ ਸਮੇਂ ਅੰਮ੍ਰਿਤ ਸਰਦਾਰ ਇੱਕ ਮੁਸਲਮਾਨ ਕਵੀ ਪੰਚੀਤੀ ਪਤਵੰਤੇ ਮੁਸਲਮਾਨ ਸਾਥੀਆਂ ਨੂੰ ਨਾਲ ਲੈ ਕੇ ਕਾਰ ਸੇਵਾ ਲਈ ਪਹੁੰਚਿਆ ਸੀ ਸਿੱਖਾਂ ਨੇ ਬੜੀ ਆਉ ਭਗਤ ਕੀਤੀ। ਮੁਸਲਮਾਨਾਂ ਨੇ ਅਜੇ ਕੁਝ ਤਸਲੀ ਦੀ ਹੀ ਸੇਵਾ ਕੀਤੀ ਸੀ ਕਿ ਸਿੱਖ ਸੱਜਣਾ ਨੇ ਅੱਗੇ ਹੋ ਕੇ ਮੁਸਲਮਾਨ ਭਰਾਵਾਂ ਦੇ ਹੱਥ ਫੜ ਲਏ। ਦੇਖਿਆ ਕਿ ਤੁਹਾਡੇ ਭਾਈਚਾਰਕ ਪਿਆਰ ਤੇ ਸਹਿਯੋਗ ਦੇ ਜਜ਼ਬੇ ਨੇ ਸਾਡੇ ਦਿਲ ਮੋ ਲੈ ਹਨ। ਤੁਸੀਂ ਸਾਨੂੰ ਬੇਮੁੱਲ ਖਰੀਦ ਲਿਆ ਹੈ। ਤੁਹਾਡੀ ਨਮਾਜ਼ ਦਾ ਵੇਲਾ ਹੋ ਗਿਆ ਹੈ। ਅੱਜ ਤੁਸੀਂ ਇੱਥੇ ਹਰਮੰਦਰ ਦੇ ਅੰਦਰ ਹੀ ਨਮਾਜ਼ ਅਦਾ ਕਰ ਲਓ ਤੇ ਸਾਡੇ ਵੱਲੋਂ ਜਲ ਪਾਣੀ ਦੀ ਸੇਵਾ ਕਬੂਲ ਕਰੋ ਉਸ ਵੇਲੇ ਬੜਾ ਅਦਭੁਤ ਦ੍ਰਿਸ਼ ਬਣਿਆ ਹੋਇਆ ਸੀ ਕਿਉਂਕਿ ਹਰਮੰਦਰ ਵਿੱਚੋਂ ਨਮਾਜ਼ ਅਦਾ ਹੋ ਰਹੀ ਸੀ ਤੇ ਮਸਜਿਦ ਵਿੱਚੋਂ ਕੀਰਤਨ ਦੀ ਆਵਾਜ਼ ਆ ਰਹੀ ਸੀ ਧੰਨਵਾਦ